ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਦੋਸਤੋ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਸਭ ਖੈਰਾਂ ਸੁੱਖਾਂ? ਕਿਵੇਂ ਤੁਹਾਡਾ ਐਤਵਾਰ ਚੱਲ ਰਿਹਾ? ਵਧੀਆ ਲੰਘ ਰਿਹਾ ਹੋਏਗਾ, ਮੈਨੂੰ ਪੱਕੀ ਉਮੀਦ ਆ। ਦੋਸਤੋ, ਵਾਅਦੇ ਮੁਤਾਬਕ ਥੋੜ੍ਹਾ ਜਿਹਾ ਲੇਟ, ਲੇਕਿਨ ਮੈਂ ਤੁਹਾਡੇ ਨਾਲ ਸ਼ਾਮਿਲ ਹਾਂ, ਤੁਹਾਡੇ ਸਾਹਮਣੇ ਮੈਂ ਹਾਜ਼ਰ ਹਾਂ। ਮੈਂ ਬਹੁਤ ਦੇਰ ਤੋਂ, ਜਿਹੜੇ ਮੇਰੇ ਕੱਟੜ ਫੈਨ ਨੇ ਉਹਨਾਂ ਨੂੰ ਇੰਤਜ਼ਾਰ ਆ ਕਿ ਬਾਈ ਜੀ ਨਵੇਂ ਗਾਣੇ ਕੱਢੋ ਫਟਾਫਟ। ਪਰ ਗਾਣੇ ਬਣਾਉਣ 'ਚ, ਅੱਛੇ ਗਾਣੇ ਬਣਾਉਣ 'ਚ ਥੋੜ੍ਹਾ ਜਿਹਾ ਟਾਈਮ ਜ਼ਰੂਰ ਲੱਗਦਾ, ਉਹ ਟਾਈਮ ਕੰਸਿਊਮਿੰਗ ਹੁੰਦੇ ਆ, ਟਾਈਮ ਲੈਂਦੇ ਆ ਗਾਣੇ। ਸੋ ਲੇਕਿਨ ਬਹੁਤ ਸਾਰੇ ਗਾਣੇ, ਅੱਜ ਦੇ ਨਹੀਂ, ਕਈ ਗਾਣੇ 6-6 ਮਹੀਨਿਆਂ ਦੇ ਤਿਆਰ ਪਏ ਆ, ਪਰ ਉਹਨਾਂ ਨੂੰ ਕਿ ਪ੍ਰੋਪਰ ਲਾਂਚ ਕਿਵੇਂ ਕਰਨਾ, ਉਹਨਾਂ ਗਾਣਿਆਂ ਦੇ ਵੀਡੀਓਜ਼ ਕਿਸ ਤਰ੍ਹਾਂ ਬਣਾਈਏ, ਕਿਉਂਕਿ ਤੁਹਾਡੇ ਨਾਲ ਮੈਂ ਵਾਅਦਾ ਕੀਤਾ ਸੀ ਕਿ 2016 ਦੇ ਵਿੱਚ ਜਿਹੜਾ ਇਹ ਪੂਰਾ ਸਾਲ ਆ, ਇਹ ਮੇਰੇ ਫੈਨਸ ਨੂੰ ਅਤੇ ਮੇਰੇ ਸੰਗੀਤ ਨੂੰ ਸਮਰਪਿਤ ਹੋਊਗਾ। ਸੋ ਬਹੁਤ ਸਾਰੇ ਗਾਣੇ ਜਿਹੜੇ ਉਹ ਤੁਹਾਡੇ ਸਾਹਮਣੇ ਹੁਣ ਲੈ ਕੇ ਆਉਣੇ ਆ, ਰੈਡੀ ਪਏ ਆ। ਸਤਰੰਗੀ ਪੀਂਗ ਦਾ ਵੀ ਕੰਮ ਖਿੱਚੀ ਆ ਰਹੇ ਹਾਂ ਜੀ, ਸਿਰਫ ਪਾਇਲਟ ਸਾਹਿਬ ਗੁਰਸੇਵਕ ਮਾਨ ਜੀ, ਉਹਨਾਂ ਨੂੰ ਕਈ ਵਾਰੀ ਲੈਂਡ ਕਰਾਉਣਾ ਪੈਂਦਾ ਥੱਲੇ, ਵੀ ਆ ਜਾ ਯਾਰ, ਸਟੂਡੀਓ 'ਚ ਵੀ ਆ ਜਾ। ਖੈਰ, ਅੱਜ ਤੁਹਾਡੀ ਜਿਹੜੇ ਨਾਲ ਮੈਂ ਅੱਜ ਤੁਹਾਡੇ ਨਾਲ ਜਿਹੜੀ ਖੁਸ਼ਖਬਰੀ ਸਾਂਝੀ ਕਰ ਰਿਹਾ, ਉਹ ਇਹ ਹੈ ਕਿ 2 ਸਾਲ ਪਹਿਲਾਂ ਮੈਨੂੰ ਪੰਜਾਬ ਦੇ ਲੈਜੈਂਡਰੀ ਗੀਤਕਾਰ ਬਾਬੂ ਸਿੰਘ ਮਾਨ ਸਾਹਿਬ ਦੀ ਕਲਮ, ਜਿਨ੍ਹਾਂ ਦੇ ਗਾਣੇ ਮੈਂ ਪਿਛਲੇ ਤਕਰੀਬਨ 16-17 ਸਾਲਾਂ ਤੋਂ ਗਾ ਰਿਹਾ, ਉਹਨਾਂ ਦੇ ਗੀਤ ਤੁਸੀਂ ਹਮੇਸ਼ਾ ਮੇਰੀ ਆਵਾਜ਼ ਦੇ ਵਿੱਚ, ਚਾਹੇ ਉਹ ਗੱਲਾਂ ਗੋਰੀਆਂ ਸੀ, ਚਾਹੇ ਕੋਈ ਰੋਮਾਂਟਿਕ ਸੌਂਗਸ ਹੋਣ, ਚਾਹੇ ਫੋਕ ਸੌਂਗਸ ਹੋਣ, ਚਾਹੇ ਉਹ ਸਤਰੰਗੀ ਪੀਂਘ ਦੇ ਗਾਣੇ ਨੇ, ਚਾਹੇ ਉਹ ਕਾਮੇਡੀ ਜਾਂ ਕਿਸੇ ਤਰ੍ਹਾਂ ਦਾ ਵੀ ਰੰਗ ਆ ਜਿਹੜਾ ਫਿਲਮ ਦੇ ਸੌਂਗਸ ਨੇ, ਹਮੇਸ਼ਾ ਮਾਨ ਸਾਹਿਬ ਦੀ ਕਲਮ ਨੂੰ ਤੁਸੀਂ ਬਹੁਤ ਇੰਜੋਏ ਕੀਤਾ। ਅਤੇ ਕੁਦਰਤੀ ਇੱਕ ਰੱਬ ਦਾ ਇਤਫਾਕ ਹੁੰਦਾ ਕਿ ਉਹਨਾਂ ਦੀ ਕਲਮ ਹਮੇਸ਼ਾ ਮੇਰੀ ਆਵਾਜ਼ ਨੂੰ ਬਹੁਤ ਸੂਟ ਕੀਤੀ ਆ, ਔਰ ਮੈਨੂੰ ਉਹਨਾਂ ਦੇ ਗਾਣੇ ਗਾਉਣ 'ਚ ਬਹੁਤ ਮਜ਼ਾ ਵੀ ਆਉਂਦਾ। 2 ਸਾਲ ਪਹਿਲਾਂ ਬਾਬੂ ਸਿੰਘ ਮਾਨ ਸਾਹਿਬ ਨੇ ਇੱਕ ਮੈਨੂੰ ਬਹੁਤ ਕਮਾਲ ਦਾ ਗਾਣਾ, ਬਹੁਤ ਕਮਾਲ ਦੀ ਥਾਟ ਸੀ ਉਹ ਦਿੱਤਾ, ਅਤੇ ਉਹ ਗਾਣਾ ਬੜਾ ਪਾਵਰਫੁੱਲ ਸੀ। ਅਤੇ ਕਾਫੀ ਦੇਰ ਮੈਂ UK ਦੇ ਚੱਕਰ ਲਾਏ, ਇੰਗਲੈਂਡ ਦੇ ਚੱਕਰ ਲਾਏ, ਅਤੇ ਮੈਂ ਇਹ ਡਿਸਾਈਡ ਕਰਨ ਲਈ ਕਿ ਕਿਸ ਮਿਊਜ਼ਿਕ ਪ੍ਰੋਡਿਊਸਰ ਦੇ ਨਾਲ ਇਹ ਗਾਣਾ ਬਣਾਇਆ ਜਾਵੇ, ਮੈਂ ਉਹਦੀਆਂ ਕਾਫੀ ਸਿਟਿੰਗਸ ਵਗੈਰਾ ਵੀ ਕੀਤੀਆਂ, ਅਤੇ ਫਾਈਨਲੀ ਫਿਰ 6 ਮਹੀਨੇ ਪਹਿਲਾਂ ਡਿਸਾਈਡ ਹੋਇਆ ਵੀ ਇਹ ਗਾਣਾ ਇੱਕ ਨਵੇਂ ਥੋੜ੍ਹਾ ਜਿਹਾ ਰੰਗ ਵਿੱਚ ਆਵੇ, ਫਲੇਵਰ ਵਿੱਚ ਆਵੇ, ਕਿਉਂਕਿ ਤੁਸੀਂ ਹੁਸਨ ਦੀ ਕਲੀ ਬਹੁਤ ਜ਼ਿਆਦਾ ਪਸੰਦ ਕੀਤੀ ਸੀ। ਸੋ ਹੁਸਨ ਦੀ ਕਲੀ ਉਸ ਤਰ੍ਹਾਂ ਦੇ ਰੰਗ ਵਿੱਚ ਲੈ ਕੇ, ਟਾਈਗਰ ਸਟਾਈਲ, ਜਿਨ੍ਹਾਂ ਦੇ ਗਾਣੇ ਬੜੇ ਮਕਬੂਲ ਨੇ, ਯੰਗ ਜਿਹੜਾ ਵੈਰੀ ਟੈਲੈਂਟਡ ਬ੍ਰਦਰਸ ਨੇ ਦੋਨੋਂ, ਸਿੰਘ ਬ੍ਰਦਰਸ ਦੋਨੋਂ ਗਲਾਸਗੋ ਤੋਂ, ਅਤੇ ਉਹਨਾਂ ਦੇ ਸੰਗੀਤ ਦੇ ਵਿੱਚ ਗਾਣਾ ਬਿਲਕੁਲ ਖੂਬਸੂਰਤ ਉਹਨੇ ਬਣਾ ਕੇ ਮੈਨੂੰ ਜੂਨ 'ਚ ਦਿੱਤਾ, ਅਤੇ ਉਹਦਾ ਟਾਈਟਲ ਹੈ ਸ਼ੇਰ। ਉਹ ਗਾਣਾ ਅਸੀਂ ਬਹੁਤ ਜ਼ੋਰਾਂ ਸ਼ੋਰਾਂ ਨਾਲ ਰਿਲੀਜ਼ ਕਰਨਾ, ਤੁਹਾਡੀ ਨਜ਼ਰ ਕਰਨਾਗਾ, ਅਤੇ ਉਹਦੇ ਵੀਡੀਓ ਤੋਂ ਉੱਪਰ ਵੀ ਆਪਦੇ ਵੱਲੋਂ ਪੂਰਾ ਕੁਛ ਵੱਖਰਾ ਕਰਨ ਦੀ, ਕੁਛ ਨਵਾਂ ਕਰਨ ਦੀ, ਕਿਉਂਕਿ ਉਹ ਪੰਜਾਬ ਦੀ ਜਿਹੜਾ ਪੰਜਾਬੀ ਲੋਕ ਨੇ, ਉਹਨਾਂ ਦੇ ਜਿਹੜੇ ਟ੍ਰੇਟਸ, ਜਿਹੜੇ ਉਹਨਾਂ ਦੇ ਸੁਭਾਅ, ਜਿਹੜਾ ਉਹਨਾਂ ਦੀ ਅਣਖ ਆ, ਜਿਹੜੀ ਉਹਨਾਂ ਦੀ ਗੈਰਤ ਆ, ਉਹਨੂੰ ਸਮਰਪਿਤ ਉਹ ਗਾਣਾ ਹੈ। ਸੋ ਉਹ ਗਾਣਾ ਸ਼ੇਰ, ਕਿਉਂਕਿ ਮੈਨੂੰ ਪਤਾ ਤੁਹਾਨੂੰ ਬਹੁਤ ਐਕਸਾਈਟਮੈਂਟ ਆ ਕਿ ਕਦੋਂ ਨਵੇਂ ਨਵੇਂ ਗਾਣੇ ਆਉਣ, ਕਿਉਂਕਿ ਨੈਚੁਰਲੀ ਜਿਹੜੇ ਸਿੰਗਰ ਨਿੱਜੀ ਤੌਰ 'ਤੇ ਤੁਹਾਨੂੰ ਪਸੰਦ ਹੋਵੇ, ਉਹਦਾ ਕੋਈ ਨਵਾਂ ਗਾਣਾ ਫਿਲਮ ਦੇਖਣ ਨੂੰ ਮਿਲੇ ਤਾਂ ਉਹਦੀ ਇੱਕ ਐਕਸਾਈਟਮੈਂਟ, ਉਹਦਾ ਚਾਅ ਹੁੰਦਾ। ਮੈਂ ਅਜੇ ਵੀ, ਮੈਨੂੰ ਵੀ ਜਿਹੜੇ ਮੇਰੇ ਫੇਵਰਟ ਸਿੰਗਰਸ ਨੇ ਉਹਨਾਂ ਦਾ ਕੁਛ ਨਵਾਂ ਸੁਣਨ ਨੂੰ ਮਿਲ ਜੇ, ਕਿਤੇ ਲਾਈਵ ਉਹਨਾਂ ਨੂੰ ਸੁਣਨ ਨੂੰ ਮਿਲ ਜੇ, ਤਾਂ ਆਈ ਕੈਨ ਜਸਟ ਇਮੈਜਿਨ ਹਾਓ ਯੂ ਨੋ ਵਾਟ ਕਾਈਂਡ ਆਫ ਐਕਸਾਈਟਮੈਂਟ ਆਈ ਆਲਵੇਜ਼ ਹੈਵ। ਸੋ ਮੈਂ ਸਮਝ ਸਕਦਾ ਜੀ। ਸੋ ਅੱਜ ਇੱਕ ਉਹ ਗਾਣੇ ਦੀਆਂ ਖੂਬਸੂਰਤ, ਪੂਰਾ ਗਾਣਾ ਨਹੀਂ ਲੇਕਿਨ ਉਹਦਾ ਕੁਛ ਰੰਗ ਤੁਹਾਡੇ ਨਾਲ ਰਾਤੀ ਸਹੀ 9:30 ਵਜੇ ਐਟ 9:30 PM ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰੂੰਗਾ ਜੀ ਫੇਸਬੁੱਕ 'ਤੇ, ਤੁਹਾਨੂੰ ਯੂਟਿਊਬ ਦਾ ਲਿੰਕ ਪਾ ਕੇ ਦੇਵਾਂਗਾ, ਅਤੇ ਤੁਸੀਂ ਉਹ ਜ਼ਰੂਰ ਸੁਣਨਾ, ਸ਼ੇਅਰ ਕਰਨਾ, ਅਤੇ ਉਹਦੀ ਤੁਸੀਂ ਮੈਨੂੰ ਫੀਡਬੈਕ ਜ਼ਰੂਰ ਦਿਓ ਜੀ, ਕਿਉਂਕਿ ਅੱਗੋਂ ਫਿਰ ਗਾਣੇ ਧੀ ਧਿਆਣੀ ਉਹ ਬਿਲਕੁਲ ਤਿਆਰ ਹੈ। ਵੈਸੇ ਪਹਿਲਾਂ ਧੀ ਧਿਆਣੀ ਅੱਜ ਮੇਰੀ ਸਲਾਹ ਸੀ ਉਹ ਸਾਂਝਾ ਕਰਨਾ, ਪਰ ਫਿਰ ਕੁਛ ਥੋੜ੍ਹੇ ਜਿਹੇ ਐਸੇ ਹਾਲਾਤ ਬਣੇ ਕਿ ਮੈਂ ਹੁਣ ਤੁਹਾਡੇ ਸਾਹਮਣੇ 9:30 ਵਜੇ ਅੱਜ ਸ਼ਾਮੀ ਸ਼ੇਰ ਗਾਣਾ ਲੈ ਕੇ ਆ ਰਿਹਾ।
ਅਤੇ ਬਹੁਤ ਖੂਬਸੂਰਤ ਗਾਣੇ ਲਾਈਨ ਅਪ ਨੇ, ਪੂਰੀ ਐਨਰਜੀ ਦੇ ਨਾਲ, ਪੂਰੇ ਜੋਸ਼ ਦੇ ਨਾਲ, ਕਿਉਂਕਿ ਪਿਛਲੇ ਸੋਸ਼ਲ ਮੀਡੀਆ ਦੇ ਜ਼ਰੀਏ, ਫੇਸਬੁੱਕ ਦੇ ਜਿੰਨਾ ਪਿਛਲੇ ਸਮਿਆਂ ਦੇ ਵਿੱਚ ਮੈਂ ਐਕਟਿਵ ਰਿਹਾ, ਉਹਦੇ ਵਿੱਚ ਜੋ ਤੁਸੀਂ ਪਿਆਰ ਦਿੱਤਾ, ਜੋ ਤੁਸੀਂ ਹੌਂਸਲਾ ਦਿੱਤਾ, ਉਹਨੇ ਮੈਨੂੰ ਇੰਨਾ ਇੰਸਪਾਇਰ ਕੀਤਾ ਕਿ ਹੁਣ ਇੰਨੀ ਮੇਰੀ ਇੱਕ ਜਿਵੇਂ ਕਰੰਟ ਕਹਿੰਦੇ ਹੁੰਦੇ ਆ ਨਾ, ਅਤੇ ਇੰਨੀ ਡਰਾਈਵ, ਇੰਨਾ ਜੋਸ਼ ਆ ਕਿ ਵੱਧ ਤੋਂ ਵੱਧ ਜਿਹੜੇ ਗਾਣੇ ਆ ਬਣਾ ਕੇ ਪੰਜਾਬੀ ਦੇ, ਖੂਬਸੂਰਤ ਗਾਣੇ ਅਲੱਗ ਅਲੱਗ ਰੰਗਾਂ ਦੇ, ਉਹ ਮੈਂ ਤੁਹਾਡੀ ਨਜ਼ਰ ਕਰਨੀ ਆ ਜੀ। ਸੋ ਤੁਸੀਂ ਵੀ ਹੋ ਜਾਓ ਤਿਆਰ ਪਹਿਲਾਂ ਅੱਜ ਠੀਕ 9:30 ਵਜੇ, ਤੁਹਾਨੂੰ ਪਹਿਲੀ ਇੱਕ ਵੰਨਗੀ ਪੇਸ਼ ਕਰ ਰਿਹਾ, ਮੈਨੂੰ ਆਸ ਆ ਕਿ ਤੁਹਾਨੂੰ ਚੰਗੀ ਲੱਗੇਗੀ ਅਤੇ ਤੁਸੀਂ ਆਪਣੀ ਉਹਦੀ ਫੀਡਬੈਕ ਜ਼ਰੂਰ ਦੇਣਾ। ਸੋ ਹੁਣ ਕੁਛ ਤੁਹਾਡੇ ਨਾਲ ਗੱਲਾਂ ਬਾਤਾਂ, ਤੁਹਾਡੇ ਮੈਸੇਜ ਆ ਰਹੇ ਨੇ ਜੀ। ਜੋਧਾ ਸ਼ੇਰਗਿੱਲ, ਹੈਲੋ ਸਰ, ਸ਼ਾਬਾਸ਼ ਸਿੰਘ ਕਾਹਲੋਂ, ਸ਼ੇਰ ਸਿਰਸਾ, ਦਿਲਜੀਤ ਕੌਰ ਗਰੇਵਾਲ, ਯੂਅਰ ਬੈਸਟ ਸਿੰਗਰ, ਤਜਿੰਦਰ ਸਿੰਘ, ਆਲ ਦ ਬੈਸਟ ਫੋਰ ਯੂ, ਸਨੀ ਸਰਾਮਨੀਲਾ, ਸਤਿ ਸ਼੍ਰੀ ਅਕਾਲ ਜੀ, ਸੁਖ ਪੰਨੂ, ਕੀ ਕਰਨ ਜਾ ਰਹੇ ਹੋ, 9:30 ਵਜੇ ਦੇਖਿਓ ਵੀਰੇ, ਕਾਕਾ ਗੰਗਾ, ਗੁਰਪ੍ਰੀਤ ਸਿੰਘ, ਸਤਿ ਸ਼੍ਰੀ ਅਕਾਲ ਜੀ, ਮਾਨ ਸਾਹਿਬ, ਪ੍ਰੀਤੀ ਸ਼ਰਮਾ, ਵੀ ਆਰ ਈਗਰਲੀ ਵੇਟਿੰਗ, ਥੈਂਕ ਯੂ ਜੀ, ਰਜਿੰਦਰ ਚੌਰਸੀਆ, ਰਾਣਾ ਅਦਿਓ, ਮਨਦੀਪ ਸਿੰਘ, ਆਤਿਕ ਚੌਧਰੀ, ਮਲਵਿੰਦਰ ਸਿੰਘ, ਹਰਜੀਤ ਸ਼ਰਮਾ, ਕਮਲ ਸੋਤਾ, ਗੈਰੀ ਗਰੇਵਾਲ, ਬਾਈ ਜੀ ਇੰਨੀ ਸੋਹਣੀ ਆਵਾਜ਼, ਸਿਰੇ ਦੀ ਚੰਗੀ ਸੋਚ, ਅੱਤ ਦੀ ਕਲਮ, ਫਿਰ ਕੋਈ ਚੱਜ ਚੀਜ਼ ਹੀ ਨਹੀਂ ਬਚਦੀ ਕਿ ਸਿਰਾ, ਚਲੋ ਇਹ ਮਾਲਕ ਹੱਥ ਡੋਰਾਂ ਨੇ, ਨੀਨਾ ਰਾਏ, ਪ੍ਰੀਤ ਕੌਰ ਅਰੋੜਾ, ਗੁਰਪ੍ਰੀਤ ਭੁੱਲਰ, ਮਲਵਿੰਦਰ ਸਿੰਘ, ਇਹ ਤਾਂ ਸਾਡੇ ਪਿੰਡ ਵਾਲਾ ਮੁੰਡਾ, ਖੇਮੂਆਣੇ ਵਾਲਾ ਭੁੱਲਰ ਸਾਹਿਬ, ਮਲਵਿੰਦਰ ਸਿੰਘ, ਜਸਪ੍ਰੀਤ ਸਿੰਘ ਚੌਧਰੀ, ਮੱਕਣ, ਸ਼ਾਬਾਸ਼ ਸਿੰਘ ਕਾਹਲੋਂ ਸਾਹਿਬ, ਹਿੱਟ ਗਾਣਾ ਪੱਕਾ, ਜਿਉਂਦਾ ਰਹੇ ਵੀਰ, ਲਵ ਯੂ ਮਾਨ ਸਾਹਿਬ, ਮਾਨਾ ਧਾਲੀਵਾਲ ਸਾਹਿਬ ਕਹਿੰਦੇ, ਪ੍ਰਮੋਦ ਢਿੱਲੋਂ, ਬਾਈ ਜੀ ਲਵ ਯੂ ਅਲਾਟ, ਸਰਬਜੀਤ ਸੀਰਾ, ਲਾਲੀ ਖਾਲੋਂ, ਰਾਜ ਮਾਹੇ, ਅਮਨ ਰੰਧਾਵਾ, ਫਾਰੂਖ, ਸ਼ਾਫੀਕ ਇਲਾਹੀ, ਸਿੱਧ ਕਲਿਆਣ, ਵਰਿੰਦਰ, ਸ਼ੀਨਾ ਜੀ ਫਰੋਮ ਨਿਊਜ਼ੀਲੈਂਡ, ਰਾਜ ਬਸਰਾ, ਸਤਿ ਸ਼੍ਰੀ ਅਕਾਲ ਜੀ, ਸੰਦੀਪ ਹਣੀ ਛਾਵੜਾ, ਵੇਟਿੰਗ ਫੋਰ 9:30, ਥੈਂਕ ਯੂ, ਸਾਈਦ ਮੁਦੱਸਰ, ਦੀਪ ਕੌੜਾ, ਤੁਹਾਡਾ ਗਾਣਾ ਪੱਕਾ ਹਿੱਟ ਹੈ ਜੀ, ਥੈਂਕ ਯੂ ਯਾਰ, ਜਾਉਂਦੇ ਵਸਦੇ ਰਹੋ, ਐਨੀ ਸਿੰਘ, ਜ਼ੀਸ਼ਨ ਅਲੀ, ਸੁਖਦੇਵ ਸਿੰਘ, ਨੀਨਾ ਰਾਏ, ਵਿਕਰਮਜੀਤ, ਯੂਅਰ ਮਾਈ ਫੇਵਰੇਟ ਸਿੰਗਰ, ਜਸਵਿੰਦਰ ਟੌਲ, ਇੱਕ ਸੌਂਗ ਫੌਜੀਆਂ ਲਈ, ਬਿਲਕੁਲ ਜੀ, ਫੌਜੀਆਂ ਲਈ, ਬਿਲਕੁਲ ਤੁਹਾਡੇ ਨਾਲ ਇਹ ਵਾਅਦਾ, ਬਹੁਤ ਜਲਦੀ ਇਹ ਗਾਣਾ ਉਹਨਾਂ ਦੇਸ਼ ਦੇ ਮਹਾਨ ਸੂਰਬਿਆਂ ਨੂੰ, ਜਿਹੜੀਆਂ ਆਪਣੀ ਤਲੀ 'ਤੇ, ਜਾਨ ਆਪਣੀ ਹਥੇਲੀ 'ਤੇ ਰੱਖ ਕੇ ਸਾਡੇ ਲਈ ਬਾਰਡਰਾਂ 'ਤੇ ਬੈਠੇ ਨੇ, ਵੈਸੇ ਸਾਰੇ ਦੁਆ ਕਰੋ, ਜਿਵੇਂ ਪੰਜਾਬੀਆਂ ਨੇ ਪਿਛਲੇ, ਮੈਂ ਸਮਝਦਾ ਕਿ ਪੰਜਾਬੀਅਤ ਦੀ ਬਹੁਤ ਵੱਡੀ ਜਿੱਤ ਸੀ ਕਿ ਸਭ ਪੰਜਾਬੀ ਨੇ ਇਸ ਚੀਜ਼ ਦਾ ਬਹੁਤ ਦੁਆਵਾਂ ਕੀਤੀਆਂ, ਅਰਦਾਸਾਂ ਕੀਤੀਆਂ ਕਿ ਜਿਹੜਾ ਲੜਾਈ ਵਾਰ ਉਸ ਤੋਂ ਬਚਿਆ ਜਾ ਸਕੇ, ਕਿਉਂਕਿ ਦੋਨੇ ਪੰਜਾਬਾਂ ਦੇ ਲੋਕ ਸ਼ਾਂਤੀ ਚਾਹੁੰਦੇ ਆ। ਸਿਮਰਜੀਤ ਸਿੰਘ ਧਾਲੀਵਾਲ, ਬਾਈ ਸੰਤਿੰਦਰ ਸਿੰਘ, ਮੁਹੰਮਦ ਅਹਿਮਦ ਵਿਜੇ, ਵੈਕਟਰ ਜਸਪ੍ਰੀਤ ਸਿੰਘ ਲੁਬਾਣਾ, ਮੈਨੂੰ ਬਾਪੂ ਜੀ ਪਾਰ ਸਾਹਿਬ ਦੀਆਂ ਇੱਕ ਬਹੁਤ ਖੂਬਸੂਰਤ ਲਾਈਨਾਂ ਯਾਦ ਆ ਰਹੀਆਂ, ਮੈਨੂੰ ਲੱਗਦਾ ਤੁਹਾਨੂੰ ਵੀ ਚੰਗੀਆਂ ਲੱਗਣਗੀਆਂ, ਜੋ ਪਿੱਛੇ ਜਿਹੇ ਹਾਲਾਤ ਬਣੇ ਸਾਡੇ ਬਾਰਡਰ 'ਤੇ, ਕਿ ਸਾਮਰਾਜ ਹੈ ਹਲਕਿਆ ਪੀ ਬੰਬਾਂ ਦੀ ਭੰਗ, ਸਾਮਰਾਜ ਹੈ ਹਲਕਿਆ ਪੀ ਬੰਬਾਂ ਦੀ ਭੰਗ, ਸੀਸਾਂ 'ਤੇ ਮਡਰਾ ਰਹੀ ਇਹ ਟਲ ਜੇ ਭੈੜੀ ਜੰਗ, ਪਾਣੀ ਵਾਂਗਣ ਵਹੇ ਨਾ, ਪਾਣੀ ਵਾਂਗਣ ਵਹੇ ਨਾ ਨਿਰਦੋਸ਼ਾਂ ਦੀ ਰੱਤ, ਰੱਤ ਖੂਨ, ਪਾਣੀ ਵਾਂਗਣ ਵਹੇ ਨਾ ਨਿਰਦੋਸ਼ਾਂ ਦੀ ਰੱਤ, ਅਤੇ ਤੇਰੇ ਭਾਣੇ ਸ਼ਹਿਨਸ਼ਾਹ ਸੁਖੀ ਵਸੇ ਸਰਬੱਤ। ਸੋ ਸਰਬੱਤ ਦੀਆਂ ਹਮੇਸ਼ਾ ਖੈਰਾਂ ਮੰਗੀਏ ਜੀ, ਪੰਜਾਬ ਪੰਜਾਬੀਅਤ ਦੀਆਂ ਖੈਰਾਂ ਮੰਗੀਏ, ਮੈਂ ਦੁਨੀਆ ਭਰ ਦੇ ਪੰਜਾਬੀਆਂ ਦੇ ਨਾਲ ਹਾਂ, ਔਰ ਪੰਜਾਬ ਨੂੰ ਹਮੇਸ਼ਾ ਹਰ ਪੱਖ ਤੋਂ ਅੱਗੇ ਲੈ ਕੇ ਜਾਈਏ। ਸੋ ਜੋਧਾ ਲਸਾੜਾ ਜੀ, ਉਹ ਕਹਿੰਦੇ ਆ ਮੈਂ ਐਂਗਰੀ ਵਿੱਚ ਜੀ, ਅੱਛਾ ਜੀ ਕਿਉਂ ਜਵਾਬ ਨਹੀਂ ਦਿੱਤਾ ਤੁਹਾਡਾ ਕੋਈ, ਪੋਪਸ ਟਾਈਗਰ ਸਟਾਈਲ, ਥੈਂਕ ਯੂ ਬ੍ਰਦਰ, ਯੂ ਹੈਵ ਜੁਆਇੰਡ ਐਜ਼ ਵੈਲ, ਸੰਜੇ ਸਤਸੰਗੀ, ਜਸਵਾਲਾ, ਮਨਦੀਪ ਨਹਿਲ, ਮਾਨ ਜਗਜੀਵਨ ਸਿੰਘ, ਕੋਈ ਇੱਕ ਸੌਂਗ ਸੁਣਾ ਦਿਓ, ਗਾਣਾ 9:30 ਵਜੇ ਸੁਣੀ, ਮਾਨ ਛੋਟੇ ਵੀਰ, ਗੁਰਜੀਤ ਮਾਨ, ਬਾਈ ਸਮਝੀ ਨਹੀਂ ਯਾਰ, ਸੁਖਵਿੰਦਰ ਸਿੰਘ, ਲਿਵ ਲੌਂਗ ਮਾਨ ਸਾਹਿਬ, ਕਮਲ ਲੋਹਗੜ੍ਹ, ਸਾਬੀ ਸਪੇਨ, ਰੂਬਲ ਮਹਿਸਾਰੀ, ਚੌਧਰੀ ਸ਼ਹਿਜ਼ਾਦ, ਦੀਪ ਸੰਧੂ, ਹਰਮਨ ਸਿੰਘ ਲੋਟੇ, ਸਵਿੰਦਰ ਤੁੰਗ, ਜਗਜੀਤ ਕੌਰ, ਗੁਰਵਿੰਦਰ ਢਿੱਲੋਂ, ਜਸਵੀਰ ਸਿੰਘ ਬਾਈ, ਮੁਹੰਮਦ ਅਮਜਦ, ਸੁਖਵਿੰਦਰ ਸਿੰਘ, ਮਨਪ੍ਰੀਤ ਮਥੌੜਾ, MD ਗੁਫਰਾਨ, ਸਾਡਾ ਨਾਂ ਵੀ ਬੋਲ ਦਿੱਤਾ ਜੀ,
ਵਿਸ਼ਾ ਕੁੰਡਲ, ਪਵਨਵੀਰ ਸਿੰਘ ਸਿਰਨੀ ਤੋਂ ਮੇਰਾ ਛੋਟਾ ਵੀਰ ਅਜੀਜ਼, ਪਾਕਿਸਤਾਨ, ਕਿਰਤਰਾਜ ਸਿੰਘ ਜੀਓ ਮਾਨ ਸਾਹਿਬ, ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ, ਬਲਵਿੰਦਰ ਕੌਰ ਬਾਜਵਾ, ਸੁਖਵਿੰਦਰ ਮਾਨ, ਜਸ, ਮਨਜੀਤ ਸਿੰਘ, ਫਾਰੂਖ ਸਾਹਿਬ ਕਹਿੰਦੇ ਜੀ ਮੈਂ ਮਿਲਣਾ ਚਾਹੁੰਦਾ। ਦੇਖੋ ਜੀ ਅੱਜ ਦੇ ਵਿਛੜਿਆਂ ਦੇ ਰੱਬ ਜਾਣੇ ਨਹੀਂ ਖੌਰੇ ਕਦੋਂ ਕਿ ਮੇਲੇ ਹੋਣਗੇ। ਸਿਮਰਨ ਸਿੰਘ ਅਤਕਰਾਤੀ ਤੁਸੀਂ ਹੁਣ ਤੱਕ, ਥੈਂਕ ਯੂ ਵੀਰੇ। ਔਰ ਮੈਨੂੰ ਬੜਾ ਚੰਗਾ ਲੱਗਿਆ ਯਾਰ ਤੁਹਾਨੂੰ ਦੂਰਦਰਸ਼ਨ ਦਾ ਉਦਨ ਲਾਈਵ ਪ੍ਰੋਗਰਾਮ ਵੀ ਬਹੁਤ ਚੰਗਾ ਲੱਗਿਆ, ਔਰ ਮੈਨੂੰ ਵੀ ਬੜੀ ਓਨੈਸਟਲੀ ਮੈਨੂੰ ਬਹੁਤ ਮਜ਼ਾ ਆਇਆ, ਕਿਉਂਕਿ ਲਾਈਵ ਪਰਫੋਰਮੈਂਸ ਦਾ ਆਪਣਾ ਇੱਕ ਮਜ਼ਾ ਹੁੰਦਾ ਗਾ ਜੀ। ਅਤੇ ਉਦਨ ਤੁਸੀਂ ਵੀ ਬਹੁਤ ਇੰਜੋਏ ਕੀਤਾ, ਰਮਨਦੀਪ ਸਿੰਘ ਹੋਰੀ, ਹਰਪ੍ਰੀਤ ਸਿੰਘ, ਸੈਮੀ ਮਾਨ, ਮੁਹੰਮਦ ਸਾਜਿਦ, ਜਸਵੀਰ ਗਰੇਵਾਲ, ਅਦੀਲ, ਗੁਰ ਢਿੱਲੋਂ, ਦੀਪ ਸੰਧੂ, ਇੱਕ ਵਾਰੀ ਮਿਲਣਾ ਚਾਹੁੰਦਾ ਲਾਈਫ 'ਚ ਬਾਈ ਜੀ, ਜ਼ਰੂਰ ਬ੍ਰਦਰ, ਜਦੋਂ ਕਿਤੇ ਮਾਲਕ ਨੇ ਚਾਹਿਆ ਜ਼ਰੂਰ ਮਿਲਾਂਗੇ। ਗੁਰ ਢਿੱਲੋਂ, ਅਜਮਲ ਸੁਭਾਨੀ, ਸੁਖ ਭੌੜ, ਰਾਣਾ, ਸਤਿ ਸ਼੍ਰੀ ਅਕਾਲ ਬਾਈ ਜੀ, ਹਿਤਿਨ ਬੇਰੀ, ਪੰਜਾਬ ਦਾ ਸ਼ੇਅਰ ਕਮਿੰਗ ਵਿਦ ਸ਼ੇਅਰ ਗ੍ਰੇਟ, ਹਿਤਿਨ ਬ੍ਰਦਰ, ਨਿਊਯਾਰਕ 'ਚ ਹੋ ਜਾਓ ਰੈਡੀ ਤੁਸੀਂ, ਜਸ ਪੰਜਾਬੀ, ਥੈਂਕ ਯੂ ਬ੍ਰਦਰ। ਮੁਹੰਮਦ ਮਾਨ, ਥਿੰਦ, ਨਰਿੰਦਰ ਕੌਰ, ਮਨਪ੍ਰੀਤ ਕੌਰ, ਅੰਗਰੇਜ਼ ਸਿੰਘ ਅਸਟਨ, ਸਤਿ ਸ਼੍ਰੀ ਅਕਾਲ ਭਾਅ ਜੀ, ਰੂਬੀ ਹਰਲੀਨ ਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਆਮ ਵੇਟਿੰਗ ਫਾਰ ਨਿਊ ਮੂਵੀ, ਮੂਵੀ ਅਗਲੇ ਸਾਲ ਪੱਕੀ ਹੈ ਜੀ। ਸਾਹਲ ਜੀ, ਗੁਰਜੀਤ ਜੀ, ਬੂਟਾ ਸਿੰਘ ਸੰਧੂ ਜੀ, ਵੇਟਿੰਗ ਜੀ, 9:30 ਵੇਟਿੰਗ ਜੀ, ਦੀਪਕ ਟੰਡਨ, ਸੰਦੀਪ ਜੋਤ ਸਿੰਘ ਬਾਈ ਜੀ, ਗ੍ਰੇਟ, ਸੁਵੰਸ਼ ਕਾਹਲੋ, ਪੰਜਾਬੀ ਸਿਨੇਮੇ ਨੂੰ ਮੁੜ ਜਾਗ ਲਾਉਣ ਵਾਲੇ ਤੁਸੀਂ ਹੋ ਮਾਨ ਸਾਹਿਬ, ਚਲੋ ਇਹ ਕੰਮ ਸਭ ਮਾਲਕ ਲੈਂਦਾ ਜੀ, ਉਹ ਪ੍ਰਮਾਤਮਾ ਜਦੋਂ ਜਿਵ ਜਿਵ ਹੁਕਮ ਤਿਵ ਤਿਵਕਾਰ, ਸੋ ਮਾਲਕ ਜਿਵੇਂ ਜਿਵੇਂ ਹੁਕਮ ਕਰਦਾ ਬੰਦਾ ਉਵੇਂ ਤੁਰਿਆ ਜਾਂਦਾ ਜੀ। ਥੈਂਕ ਯੂ ਸੋ ਮੱਚ। ਵਾਸਿਫ, ਸਰਬਜੀਤ ਸੰਧੂ, ਜਸ ਕਰਨ, ਹਰਜਸ, ਕਮਲਪ੍ਰੀਤ ਕੰਗ, ਭਾਊ ਕੀ ਹਾਲ, ਬਿਲਕੁਲ ਠੀਕ ਠਾਕ ਯਾਰ, ਬਾਈ ਅੰਮ੍ਰਿਤਸਰੀਆ ਲੱਗਦਾ, ਵਿਕਾਸ ਵਿਕਾਸ, ਸ਼ੈਰੀ ਵਾਲੀਆ, ਵੀ ਫਾਲੋ ਜੀ, ਫਾਲੋ ਯੂ ਭਾਅ ਜੀ, ਥੈਂਕ ਯੂ ਜੀ। ਮੂਨ ਚੌਧਰੀ, ਬਨਪ੍ਰੀਤ ਬਾਈ, ਕੀ ਹਾਲ ਚਾਲ ਆ, ਜੀਤੂ, ਰਮੇਸ਼ ਪਲਟਾ, ਦੀਪਕ ਬਨਬੈਤ, ਓਂਕਾਰ ਸਿੰਘ, ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ, ਗੁਰਸਿਮਰਤ ਸਿੰਘ, ਸਰਦਾਰ ਜਗਸੀਰ ਸਿੰਘ ਧਾਲੀਵਾਲ, ਮੇਰੇ ਫੇਵਰੇਟ ਬਾਈ ਜੀ, ਥੈਂਕ ਯੂ ਬ੍ਰਦਰ, ਥੈਂਕ ਯੂ ਸੋ ਮੱਚ। ਸੰਦੀਪ ਸਿੰਘ, ਕੀਰਤ ਵਿਰਕ, ਵੀਰ ਜੀ ਮਾਨਾ ਮਰਜਾਣਾ ਸੁਣਾ ਦਿਓ। ਮਾਲਕ ਹਰਪ੍ਰੀਤ ਸਿੰਘ ਧਾਲੀਵਾਲ, ਸਤਿ ਸ਼੍ਰੀ ਅਕਾਲ ਭਾਅ ਜੀ, ਗੋਸ਼ੀ ਮਾਹੀ, ਹੈਲੋ ਜੀ ਕੈਸੇ ਹੋ, ਫਸਟ ਕਲਾਸ ਜੀ, ਮਲਹੋਤਰਾ, ਜੀ ਸਿੰਘ, ਗਗਨ ਫੋਟੋਗ੍ਰਾਫਰ, ਸਤਿ ਸ਼੍ਰੀ ਅਕਾਲ ਜੀ, ਨਸੀਰ ਅਹਿਮਦ ਫਰੋਮ ਡਬਈ, ਸਾਡੇ ਡਬਈ ਵਿੱਚ ਅੱਗੇ ਲੰਘ ਗਿਆ ਜੀ, ਹੁਣ ਪੜ੍ਹ ਨਹੀਂ ਹੋਇਆ। ਰਾਣਾ ਮੁਹੰਮਦ ਸਖੀ, ਬਰੂਨ ਬਾਂਸਲ, ਰਵਿੰਦਰ ਨੋਟੇ, ਕੈਮ ਕੌਰ, ਮਲਹੋਤਰਾ ਜੀ, ਬਾਜਵਾ ਜੀ, ਲੋਕ ਵਿਰਸਾ ਐਂਟਰਟੇਨਮੈਂਟ, ਮਾਨ ਜੀ, ਗੁਰਸੇਵਕ ਮਾਨ ਜੀ, ਕਿੱਦਾਂ ਨੇ ਗੁਰਸੇਵਕ, ਬਿਲਕੁਲ ਠੀਕ ਠਾਕ, ਥੋੜ੍ਹੇ ਦਿਨ ਪਹਿਲਾਂ ਗੱਲ ਹੋਈ ਮੇਰੀ ਗੁਰਸੇਵਕ ਨਾਲ, ਸੋ ਗੁਰਸੇਵਕ ਇਜ਼ ਆਲਸੋ ਵੈਰੀ ਐਕਸਾਈਟਿਡ, ਸੁਪਰ ਐਕਸਾਈਟਿਡ ਕਿ ਚਿਰਾਂ ਬਾਅਦ ਕਿਸੇ ਐਲਬਮ ਦੇ ਵਿੱਚ ਗੁਰਸੇਵਕ ਅਤੇ ਦੋਨੋਂ ਭਰਾ ਅਸੀਂ ਇਕੱਠੇ ਆ ਰਹੇ ਹਾਂਗੇ ਜੀ। ਮਨਪ੍ਰੀਤ ਸੰਗੂ ਜੀ, ਜਗਜੀਤ ਜੀ, ਗੁਰਿੰਦਰ ਗੈਰੀ ਪੰਨੂ ਜੀ, ਖੁਸ਼ਵੰਤ ਸਿੰਘ ਮੋਹੀ, ਬਾਈ ਜੀ ਕੀ ਹਾਲ ਆ, ਬਿਲਕੁਲ ਠੀਕ ਠਾਕ, ਮੋਹੀ ਸਾਹਿਬ, ਅਮਨਦੀਪ ਸਿੰਘ ਮਾਨ, ਸਤਿ ਸ਼੍ਰੀ ਅਕਾਲ ਮਾਨ ਸਾਹਿਬ, ਪ੍ਰਿੰਸ ਕੰਬੋਜ, ਤਲਵਿੰਦਰ ਸਿੰਘ, ਸਤਿ ਸ਼੍ਰੀ ਅਕਾਲ ਮਾਨ ਸਾਹਿਬ ਜੀ, ਸਤਿ ਸ਼੍ਰੀ ਅਕਾਲ ਵੀਰ, ਰੱਬ ਉਮਰਾਂ ਬਖਸ਼ੇ ਤੁਹਾਨੂੰ ਵੀ ਜੀ, ਔਰ ਉਹਨੀ ਯਾਦਵ, ਹੈਲੋ ਭਾਅ ਜੀ ਕੀ ਹਾਲ ਚਾਲ, ਮਨਪ੍ਰੀਤ ਜੀ ਮਥੌੜਾ ਸਾਹਿਬ, ਇੱਕ ਵੰਸ ਅਗੇਨ, ਨੀਤਾ ਪਾਹਲ, ਗੁੱਡ ਵਰਕ, ਕੀਪ ਅਪ, ਕਮਲ ਕਰਨੈਨੀਆ, ਭਾਅ ਜੀ ਟਾਇਰਡ ਲੱਗਦੇ ਹੋ, ਟਾਇਰਡ ਥੋੜ੍ਹਾ ਜਿਹਾ ਹੋ ਜਾਈਦਾ ਜੀ, ਸਾਰਾ ਦਿਨ ਕੰਮ 'ਚ ਜਦੋਂ ਫਿਰਦੇ ਰਹਿੰਦੇ ਹੋ, ਅਤੇ ਇੱਕ ਫਿਰ ਇਸ ਵੇਲੇ ਸ਼ਾਮੀ ਰਨਿੰਗ ਦਾ ਅਤੇ ਵਾਕ ਦਾ ਮੈਨੂੰ ਸ਼ੌਕ ਹੈ ਜੀ, ਉਹ ਵੀ ਫਿਰ ਥੋੜ੍ਹਾ ਜਿਹਾ ਥਕਾ ਦਿੰਦਾ, ਸੋ ਟਾਇਰਡ ਇਨ ਏ ਗੁੱਡ ਵੇ, ਕੰਮ ਕਰਦੇ ਕਰਦੇ ਟਾਇਰਡ ਹੋਏ ਹਾਂ ਜੀ। ਦਿਲਾਵਰ ਸਿੰਘ ਕਹਿੰਦੇ ਗੱਲਾਂ ਵੀ ਕਰੋ ਨਾ ਪੜ੍ਹੀ ਜਾਂਦੇ ਹੋ, ਦੱਸ ਯਾਰ ਮੈਂ ਨਾ ਨਹੀਂ ਪੜ੍ਹਦਾ ਤਾਂ ਗੁੱਸੇ ਹੋ ਜਾਂਦੇ ਹੋ, ਨਾ ਨਹੀਂ ਪੜ੍ਹੇ ਜੀ, ਵੈਸੇ ਉਹ ਵੈਸੇ ਚੰਗਾ ਲੱਗਦਾ ਉਹਦਾ ਹਰ ਇੱਕ ਬੰਦੇ ਨੂੰ ਕਿ ਨਾ ਜੀ ਦਾ ਬੋਲ ਦਈਏ ਤਾਂ ਥੋੜ੍ਹਾ ਜਿਹਾ ਯੂ ਫੀਲ ਗੁੱਡ, ਯੂ ਫੀਲ ਸਪੈਸ਼ਲ, ਵੀ ਮੈਨੂੰ ਇੱਕ ਆਪਣਾ ਐਕਨੋਲਜ ਕੀਤਾ ਮੈਨੂੰ, ਸੋ ਵੈਸੇ ਤਾਂ ਤੁਸੀਂ ਸਾਰੇ, ਮੈਂ ਕਹਿੰਦਾ ਹੁੰਦਾ ਫੇਸਬੁੱਕ ਫੈਮਿਲੀ ਹੋ, ਤੁਸੀਂ ਸਾਰਿਆਂ ਦੇ ਨਾਮ ਦਿਲ 'ਤੇ ਲਿਖੇ ਹੋਏ ਹੈਗੇ, ਸੋ ਥੈਂਕ ਯੂ ਸੋ ਮੱਚ। ਕੋਈ ਗੱਲ ਨਹੀਂ ਜੀ, ਬਿਲਕੁਲ ਤੁਸੀਂ ਖੁਸ਼ ਰਹੋ। ਅਮਨ ਲੋਪੋ ਜੀ, ਪਰਮਵੀਰ ਸਿੰਘ ਬੈਂਸ, ਤੁਹਾਡੀਆਂ ਸਾਰੀ ਮੂਵੀਜ਼ ਵੇਖੀਆਂ,
टोटी सैनी सत श्री अकाल जी, पूर्ण शर्मा चौटाला सर, कैसे हो आप? अजकल दिखाई नहीं देते सर, मैं थोड़े सामने बैठा जी। रोहित पल, सत श्री अकाल भाई जी। ताहर नजीर भाई, साडा नाम भी ले दो। नमनीत पन्नू शेरगुल, ज्यौंदे वसदे रहो भाई जी। गुरलाल संधु, सत श्री अकाल भाई जी, ज्यौंदे वसदे रहो। थैंक यू वीर। सनी मुंजल भाजी, नाम ले दो एक बार। लो जी, लैता नाम। आदिश सेठ, सीमा शर्मा जी, हनी सिंह, मनप्रीत जी, रमनदीप सिंह। वो कहिंदे आई फील स्पैशल, तुसीं मेरा नाम लिया सी, दैट्स वाई मैं तुहाडे नाम लै रहा हाँ जी। विक्रमजीत सिंह, अमन लोपो जी, हैप्पी कालो साहब, सुरिंदर सिंह कंबोज, नजमल सोनू, राहुल शर्मा। सो ब्रदर थैंक यू, साडा सर दा थैंक यू सो मच। नाम जे कोई रह गया तां माफ़ कर दिओ। ते सो गुरप्रीत भुल्लर कहिंदा भाई रोटी खा लो, हुण तूं मैनू तरसा ना रोटी, क्योंकि ये मुंडा साडे पिंड दा जी, खेमू आणे दा। ते जिन्नी स्वाद रोटी खेमू आणे हुंदी आ, जिहड़े घर मर्जी मैं वड़ जां सारे घरां दे विच हुंदा वी काका आ गया जी, कि रोटी खवाइए, काके नूं खीर खवाइए जां सेवियां बना लईए। सो खेमू आणा याद आ रहा जी। होपफुली जल्दी बस मुंबई तो वापस आ के फिर खेमू आणे आवांगे। अंकुश रंधावा डॉक्टर साहब, मेरे फ्रेंड, थैंक यू ब्रदर, थैंक यू सो मच। गुरविंदर सिंह जी, गुरजीत जी, मान जगजीवन हो रही, फिर कहते चार चाना लाते जी। सनी मान, शेर मान कहते, अच्छा जी, थैंक यू गुरजीत मान। सो 9:30 एक जिहड़ा सरप्राइज है, देखो तुहानू किस तरह लगता, असी एक्साइटेड हाँ। सो वी हैव पुट इन लॉट ऑफ एफर्ट, साड़ी सारी टीम ने जी, फ्रॉम यूके, टाइगर स्टाइल, ते मेरे ब्रदर जगराज हुरी, जगराज बेंस, काका मोहन वालिया, सारे लगे हुए है जी। ते उधरों स्टालन वीर हुरी, बहुत वधिया मुंडा, वो हमेशा बैठ के मैं स्वाद आता, वो गल्लां बातां, वो विचार सुन के। स्टालन होरी पंजाब च लगे हुए सवेर दे, ते मैं ते गुरविंदर होरी, असी इत्थे पूरी टीम बॉम्बे लगे हुए हैं जी। सो होपफुली आने वाले जिहड़े भी होणगे काम, उन्हां नूं परमात्मा भाग लाऊगा, उस नीयत नूं भाग लाऊगा, ते आपदे वल्लों हमेशा अच्छा करन दी कोशिश कीती है। बाकी गुरविंदर शर्मा कहिंदे भाई जी साडे नाल गुस्से हो ना ब्रदर, मैं गुस्से हो के कित्थे जाणा जी, थोड़े बिना मैं की हाँ जी। जो हरभजन मान बनाउण वाले हो तुसीं हो जी। सो कोई किसी तरह की नाराजगी हो ही नहीं सकती जी। नाराजगी तो डिक्शनरी च अपनी जे वर्ड ही है नहीं गए, लफ्ज़ ही है नहीं गए जी। सो थैंक यू सो मच, ज्योदे वसदे रहो जी। साढ़े को नाओ तुहाडे नाल नवा गीत, शेर, शेर दा कुछ कम, जो बाबू सिंह मान साहब की खूबसूरत कलम चो निकलिया, टाइगर स्टाइल ने शिंगारिया संगीत दे विच, वो तुहाडे लई लैके मैं हाजिर होऊंगा। थैंक यू सो मच, ज्यौंदे वसदे रहो। तुहाडी रात वधिया रहे, तुहाडी शाम वधिया रहे, संडे नूं इंजॉय करो, परिवार विच बैठो, माणो, ते फिर 9:30 शेर गाने ते नचो, उहनूं इंजॉय करो, ते मैनूं दस्सिओ तुहानूं किस तरह दा लग्गिया जी। ज्यौंदे वसदे रहो दोस्तों, रब राखा।